ਕੀਤੀ। ਦੇਰ ਸ਼ਾਮ ਰਜਿੰਦਰ ਹਸਪਤਾਲ ਦੀ ਛੱਤ ਤੇ ਬੈਠੀਆਂ ਦੋਨਾਂ ਨਰਸਾਂ ਵੱਲੋਂ ਛਾਲਾ ਮਾਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਬ੍ਰਹਮੋਹਿੰਦਰਾ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਤੋਂ ਇਲਾਵਾ ਸੁਖਪਾਲ ਖੈੜਾ ਤੇ ਹਰਪਾਲ ਚੀਮਾ ਵੱਲੋਂ ਦੋਨਾਂ ਨਰਸਾਂ ਦਾ ਹਸਪਤਾਲ ਪਹੁੰਚ ਕੇ ਹਾਲ ਪੁੱਛਿਆ ਗਿਆ। ਹਸਪਤਾਲ 'ਚ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਦਾ ਹਾਲ ਜਾਣਨ ਲਈ ਜਿਵੇਂ ਹੀ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਬ੍ਰਹਮੋਹਿੰਦਰਾ ਹਸਪਤਾਲ ਪਹੁੰਚੇ ਤਾਂ ਉਹਨਾਂ ਨੇ ਪੁਲਿਸ ਨੂੰ ਆਦੇਸ਼ ਦਿੱਤਾ ਕਿ ਮੀਡੀਆ ਨੂੰ ਉਹਨਾਂ ਦੇ ਨਾਲ ਅੰਦਰ ਨਾ ਭੇਜਿਆ ਜਾਵੇ। ਜਿਸ ਤੋਂ ਬਾਅਦ ਇਕੱਲੇ ਸਿਹਤ ਮੰਤਰੀ ਅਤੇ ਪਰਨੀਤ ਕੌਰ ਹੀ ਹਸਪਤਾਲ ਦੇ ICU ਵਾਰਡ 'ਚ ਦੋਵਾਂ ਨਰਸਾਂ ਨੂੰ ਮਿਲਣ ਲਈ ਗਏ। ਇਸ ਤੋਂ ਬਾਅਦ ਬਾਹਰ ਮੌਜੂਦਾ ਨਰਸਾਂ ਅਤੇ 4 ਕਰਮਚਾਰੀਆਂ ਵੱਲੋਂ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸ਼ੋਰ ਸ਼ਰਾਬੇ 'ਚ ਸਿਹਤ ਮੰਤਰੀ ਬ੍ਰਹਮਹਿੰਦਰਾ ਅਤੇ ਪਰਨੀਤ ਕੌਰ ਬਾਹਰ ਆਏ ਤਾਂ ਬਾਹਰ ਆ ਕੇ ਵੀ ਸਿਹਤ ਮੰਤਰੀ ਨੇ ਨਾ ਮੀਡੀਆ ਨਾਲ ਕੋਈ ਗੱਲਬਾਤ ਕੀਤੀ ਤੇ ਨਾ ਹੀ ਕਿਸੇ ਧਰਨਾਕਾਰੀ ਮੁਲਾਜ਼ਮ ਦੇ ਨਾਲ, ਜਿੱਥੇ ਫਿਰ ਨਰਸਾਂ ਨੇ ਰੋਸ ਪ੍ਰਦਰਸ਼ਨ ਕਰਦੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ DPR ਵੱਲੋਂ ਪੱਤਰਕਾਰਾਂ ਨੂੰ ਮੈਡੀਕਲ ਕਾਲਜ ਆਉਣ ਲਈ ਆਖਿਆ ਗਿਆ ਕਿ ਸਿਹਤ ਮੰਤਰੀ ਉੱਥੇ ਮੀਡੀਆ ਨਾਲ ਗੱਲਬਾਤ ਕਰਨਗੇ, ਪਰ ਜਿਵੇਂ ਹੀ ਪੱਤਰਕਾਰ ਮੈਡੀਕਲ ਕਾਲਜ ਦੇ ਗੇਟ ਤੇ ਪਹੁੰਚੇ ਤਾਂ ਕਾਲਜ ਦੇ ਸੁਰੱਖਿਆ ਕਰਮੀਆਂ ਵੱਲੋਂ ਪੱਤਰਕਾਰਾਂ ਨੂੰ ਅੰਦਰ ਜਾਣ ਲਈ ਰੋਕ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰਾਂ ਨੇ ਵਿਰੋਧ ਦਰਜ ਕਰਦਿਆਂ ਸਿਹਤ ਮੰਤਰੀ ਦੀ ਹੋਣ ਵਾਲੀ ਪ੍ਰੈਸ ਕਾਨਫਰੰਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਧਰ ਸਿਹਤ ਮੰਤਰੀ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਨਾ ਕਰਨ ਤੋਂ ਬਾਅਦ ਨਰਸਾਂ ਨੇ ਆਖਿਆ ਹੈ ਕਿ ਸਿਹਤ ਮੰਤਰੀ ਇੱਥੇ ਆ ਕੇ ਵੀ ਉਹਨਾਂ ਨੂੰ ਨਹੀਂ ਮਿਲੇ, ਬਸ ਸਿਰਫ ਜ਼ਖਮੀ ਨਰਸਾਂ ਦਾ ਹਾਲ ਪੁੱਛ ਕੇ ਚਲੇ ਗਏ ਨੇ, ਜਿਸ ਕਾਰਨ ਇਹਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਮੇਰਾ ਨਾਮ ਮਨਪ੍ਰੀਤ ਕੌਰ ਹੈ। ਅੱਜ ਸਾਡੇ ਕੋਲ ਮਹਾਰਾਣੀ ਪਰਨੀਤ ਕੌਰ ਤੇ ਬ੍ਰਹਮਿੰਦਰਾ ਜੀ ਆਏ ਸੀ, ਉਹਨਾਂ ਦਾ ਕੋਈ ਉਹਦੇ ਅੱਖਾਂ ਦੇ ਵਿੱਚ ਜਵਾਂ ਛਿਕਣ ਨਹੀਂ ਸੀ, ਮੈਂ ਤਾਂ ਦੇਖਿਆ। ਮੈਂ ਅੱਜ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ, ਜੇ ਇੱਥੇ ਤੁਹਾਡੀ ਧੀ ਭੈਣ ਹੁੰਦੀ ਤਾਂ ਤੁਸੀਂ ਕੀ ਵੇਖਦੇ? ਉਹਨਾਂ ਨੇ ਸਾਨੂੰ ਇੱਕ ਹੀ ਜਵਾਬ ਦਿੱਤਾ, ਪਹਿਲਾਂ ਆਪਰੇਸ਼ਨ ਥੀਏਟਰ ਤੇ ਓਟੀਆਂ ਓਪੀਡੀਆਂ ਖੋਲੋ, ਅਸੀਂ ਤੁਹਾਡੇ ਨਾਲ ਤਾਂ ਗੱਲ ਕਰਾਂਗੇ। ਨਾਲੇ ਅਸੀਂ ਮਹਾਰਾਣੀ ਪਰਨੀਤ ਕੌਰ ਜੀ ਨੂੰ ਮਿਲੇ, ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਸਾਡਾ ਕਰ ਦਿਓ, ਪਹਿਲਾਂ ਵੀ ਅਸੀਂ ਤੁਹਾਡੇ ਅੱਗੇ ਮੌਤ ਮੱਥੇ ਟੇਕੇ ਆ, ਪਰ ਉਹਨਾਂ ਨੇ ਇਹੀ ਗੱਲ ਕਹੀ ਕਿ ਮੇਰੇ ਹੱਥ ਕੁਛ ਵੀ ਨਹੀਂ ਹੈ, ਸਭ ਕੁਛ ਉਹਨਾਂ ਨੇ ਇਹੀ ਗੱਲ ਕਹੀ। ਮੈਂ 27,000 ਮੁਲਾਜ਼ਮਾਂ ਦੇ ਨਾਲ ਹੀ ਤੁਹਾਡਾ ਕਰੂੰਗਾ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਵੀ ਅੱਜ ਤੁਹਾਡੇ ਕੋਲ ਇੱਕ ਧੀ ਦੀ ਬਲੀ ਵੀ ਦੇਖ ਸਕਦੇ ਹੋ, ਤਾਂ ਤੁਸੀਂ ਉਹ ਵੀ ਦੇਖ ਕੇ ਚਲੇ ਗਏ। ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਆ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰੂੰਗਾ, ਪਰ ਮੈਨੂੰ ਲੱਗਦਾ ਨਹੀਂ ਕਿ ਉਹ ਸਾਡੇ ਨਾਲ ਕੋਈ ਮੀਟਿੰਗ ਕਰਨਗੇ। ਇੱਕ ਲਾ ਕੇ ਲਾਰਾ ਜੇ ਚਲੇ ਗਏ, ਹੋਰ ਇਹਨਾਂ ਨੇ ਕੁਛ ਨਹੀਂ ਕੀਤਾ। ਹਾਂਜੀ, ਅਸੀਂ ਉੱਪਰ ਧੱਕੇ ਨਾਲ ਮਿਲੇ ਸੀ, ਸਾਨੂੰ ਇਹਨਾਂ ਨੇ ਬਾਹਰੋਂ ਕੁੰਡੇ ਲਾ ਤੇ, ਪਰ ਅਸੀਂ 4-5 ਮੈਂਬਰ ਉੱਪਰ ਖੜੇ ਸੀ, ਅਸੀਂ ਆਪਣੇ ਆਪ ਸਾਨੂੰ ਕਿਸੇ ਨੇ ਮਿਲਾਇਆ ਨਹੀਂ, ਅਸੀਂ ਖੁਦ ਗਏ ਉਹਨਾਂ ਨੂੰ ਮਿਲਣ। ਉਹਨਾਂ ਨੇ ਸਾਨੂੰ ਇੱਕ ਵਾਰੀ ਵੇਖਿਆ ਤੇ ਪਿੱਛੇ ਮੁੜ ਗਏ, ਪਰ ਅਸੀਂ ਫਿਰ ਵੀ ਜ਼ੋਰ ਲਾਇਆ। ਅਸੀਂ ਕਿਹਾ ਸਾਡੀ ਪ੍ਰਧਾਨ ਅੱਜ ਵੀ ਪਈ ਹੋਈ ਆ, ਪਰ ਉਹਨਾਂ ਨੇ ਇਹਨਾਂ ਨੂੰ ਸਾਨੂੰ ਇੱਕ ਹੀ ਮੁੱਦਾ ਰੱਖਿਆ ਵੀ ਮੈਂ 27,000 ਮੁਲਾਜ਼ਮਾਂ ਦੇ ਵਿੱਚ ਕਰੂੰਗਾ। ਕਹਿੰਦਾ ਟਿਲ ਨਾਈਟ ਦੀ ਗੱਲ ਨਹੀਂ ਹੈ, ਟਿਲ ਨਾਈਟ ਦੇ ਵਿੱਚ ਤੁਹਾਨੂੰ ਮੈਂ ਕਰ ਦਵਾਂ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਰ 5 ਤਰੀਕ ਤੋਂ ਲੈ ਕੇ ਅਸੀਂ ਤਾਂ ਅੱਜ ਤੱਕ ਬੈਠੇ ਹਾਂ, ਤੁਹਾਨੂੰ ਇਹ ਨਹੀਂ ਦਿਖਦਾ ਜਿੰਦਰਾ ਦੇ ਵਿੱਚ ਇੱਕ ਧੀ ਮਰ ਰਹੀ, ਤੁਹਾਨੂੰ ਇਹ ਨਹੀਂ ਦਿਖਦਾ? ਚੁੱਪ ਕਰਕੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਇੱਥੇ ਚਲੇ ਗਏ ਕਿ ਤੁਸੀਂ OPD ਖੋਲੋ, ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਸਿਹਤ ਮੰਤਰੀ ਸਾਹਿਬ ਅਤੇ ਮਹਾਰਾਣੀ ਪਰਨੀਤ ਕੌਰ ਜੀ ਅੱਜ ਇੱਥੇ ਜ਼ਖਮੀ ਨਰਸਾਂ ਦਾ ਪਤਾ ਲੈਣ ਆਏ ਸੀਗੇ, ਜਿਸ ਤੋਂ ਬਾਅਦ ਮੈਡੀਕਲ ਕਾਲਜ ਦੇ ਵਿੱਚ ਨਰਸਿੰਗ ਸਟਾਫ ਦੇ ਇੱਕ ਵਫਦ ਨਾਲ ਉਹਨਾਂ ਦੀ ਮੀਟਿੰਗ ਸੀ। ਇੱਥੇ ਮੰਤਰੀ ਜੀ ਵੱਲੋਂ ਮੀਡੀਆ ਨਾਲ ਪ੍ਰੈਸ ਕਾਨਫਰੰਸ ਕਰਨ ਲਈ ਸਾਰਿਆਂ ਨੂੰ ਬੁਲਾਇਆ ਗਿਆ ਸੀ, ਪਰ ਜਦੋਂ ਮੀਡੀਆ ਦੇ ਭਾਈਚਾਰਾ ਸਾਹਿਬ ਮੈਡੀਕਲ ਕਾਲਜ ਦੇ ਅੰਦਰ ਆਉਣ ਲੱਗਿਆ ਤਾਂ ਉਹਨਾਂ ਨੇ ਜਿਹੜੀ ਸਿਕਿਉਰਿਟੀ ਸੀ ਉਰੇ ਉਹਨਾਂ ਨੇ ਤਾਲਾ ਲਾ ਤਾ। ਜਿੰਨੇ ਵੀ ਬੰਦੇ ਆ ਰਹੇ ਸੀ ਉਹਨਾਂ ਨੂੰ ਬੜੀ ਰੂਡਲੀ ਬੋਲੇ, ਉਹ ਸਾਰਿਆਂ ਦੀ ਬੇਇੱਜ਼ਤੀ ਕੀਤੀ, ਇਨਸਲਟ ਕੀਤੀ। ਪੁਲਿਸ ਅਫਸਰ ਵੀ ਉੱਥੇ ਮੌਜੂਦ ਸੀ, ਉਹਨਾਂ ਦਾ ਰੋਲ ਵੀ ਵਧੀਆ ਨਹੀਂ ਰਿਹਾ, ਜਿਸ ਕਰਕੇ ਅੱਜ ਅਸੀਂ ਮੰਤਰੀ ਜੀ ਦੀ ਮੀਟਿੰਗ ਦਾ ਬਾਈਕਾਟ ਕਰਕੇ ਅਤੇ ਸਰਕਾਰ ਦਾ ਵਤੀਰਾ ਮੀਡੀਆ ਨਾਲ ਰਿਹਾ ਹੈਗਾ ਅਤੇ ਰਜਿੰਦਰਾ ਹਸਪਤਾਲ ਦੀ ਔਰ ਮੈਡੀਕਲ ਕਾਲਜ ਦੀ ਸਿਕਿਉਰਿਟੀ ਨੇ ਔਰ ਪੁਲਿਸ ਨੇ ਵੀ ਖਾਸ ਤੌਰ 'ਤੇ ਮੀਡੀਆ ਨਾਲ ਸਹਿਯੋਗ ਨਹੀਂ ਕੀਤਾ ਔਰ ਸਿਕਿਉਰਿਟੀ ਨੇ ਬੇਇੱਜ਼ਤੀ ਕੀਤੀ ਮੀਡੀਆ ਪਰਸਨ ਦੀ। ਇਸ ਦੇ ਚੱਲਦਿਆਂ ਅੱਜ ਸਾਰੇ ਪੱਤਰਕਾਰਾਂ ਵਾਲੇ ਭਾਈਚਾਰਿਆਂ ਨੇ ਇੱਕ ਫੈਸਲਾ ਕੀਤਾ ਵੀ ਅੱਜ ਦਾ ਜੋ ਵਿਜ਼ਿਟ ਹੈਗਾ ਉਹਦੀ ਕਵਰੇਜ ਨਾ ਕੀਤੀ ਜਾਵੇ ਅਤੇ ਬਾਈਕਾਟ ਕੀਤਾ ਜਾਵੇ। ਗੁਰਵਿੰਦਰ ਸਿੰਘ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।